ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਜੀ20 ਦੇ ਸਫਲ ਆਯੋਜਨ ਲਈ ਭਾਰਤ ਦੀ ਸ਼ਲਾਘਾ ਕੀਤੀ। ਪ੍ਰਸੰਗ ਗੱਲਬਾਤ ਕਰਦਿਆਂ ਲੂਲਾ ਡੀ ਸਿਲਵਾ ਨੇ ਕਿਹਾ ਕਿ ਉਹ ਸਿਗਰਸ ਸਮਿਲਤ ਨੂੰ ਸ਼ਾਨਦਾਰ ਢੰਗ ਨਾਲ ਆਯੋਜਨ ਕਰਨ ਲਈ ਭਾਰਤ ਨੂੰ ਵਧਾਈ ਦਿੱਤੀ। ਭਾਰਤੀ ਲੋਕਾਂ ਤੋਂ ਬਹੁਤ ਗਰਮਜੋਸ਼ੀਨ ਮਿਲੀ ਹੈ। ਪਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਬ੍ਰਾਜ਼ੀਲ ਅਗਲੇ ਸਾਲ ਜੀ20 ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਆਯੋਜਿਤ ਕਰਨ ਲਈ ਬ੍ਰਾਜ਼ੀਲ ਦੇ ਕਈ ਸ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਜੀ20 ਸਿਗਰਸ ਸੁਮਿਲੰਦੀ ਮੇਜ਼ਬਾਨੀ ਕਰਨਾ ਬ੍ਰਾਜ਼ੀਲ ਲਈ ਇੱਕ ਮੁਹੱਬਦੀ ਸਦੀਵੇਂ ਵਾਰ ਇਹ ਸਿਗਰ ਸਿਮੇਲਨ ਵਿੱਚ ਅਸਮਾਨਤਾ ਦੇ ਮੁੱਦੇ ਨੂੰ ਮੁੱਖ ਮੁੱਦੇ ਦੇ ਰੂਪ ਵਿੱਚ ਪੇਸ਼ ਕਰਾਂਗੇ ਸਵੱਚ ਊਰਜਾ ਦੇ ਉਤਪਾਦਨ ਵਿੱਚ ਬ੍ਰਾਜ਼ੀਲ ਵਿੱਚ ਅਸਧਾਰਨ ਸਮਰਥਾ ਹੈ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਬਹੁਪੱਖੀ ਸੰਸਥਾਵਾਂ ਦੇ ਸੁਧਾਰਨ ਤੇ ਵੀ ਚਰਚਾ ਕਰਾਂਗੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਪ੍ਰਤੀਨਿਧਤਾ ਤੇ ਵੀ ਚਰਚਾ ਕਰਨਾ ਚਾਹੁੰਦੇ ਨੇ ਉਨ੍ਹਾਂ ਨੇ ਕਿਹਾ ਹੈ ਕਿ ਉਮੀਦ ਹੈ ਕਿ ਜਦੋਂ ਬ੍ਰਾਜ਼ੀਲ ਵਿੱਚ ਸਿਗਰ ਸਿਮਿਲਨ ਹੋਵੇਗਾ ਤਾਂ ਰੂਸ ਯੂਕਰੇਨ ਯੁੱਧ ਖਤਮ ਹੋ ਚੁੱਕਾ ਹੋਵੇਗਾ ਜ਼ਿਕਰ ਹੋ ਗਿਆ ਕਿ ਨਵੀਂ ਦਿੱਲੀ ਵਿੱਚ 18ਵਾਂ ਜੀ20 ਸਿਗਰ ਸਿਮੇਲਨ ਸਫਲਤਾਪੂਰਵਕ ਸਮਾਪਤ ਹੋਣ ਤੋਂ ਬਾਅ ਭਾਰਤ ਨੇ G20 ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪੀ ਹੈ ਸਮਾਪਤੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਤੌਰ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ G20 ਦੀ ਪ੍ਰਧਾਨਗੀ ਦਾ ਚਿੰਨ ਹਥੋੜਾ ਸੌਂਪਿਆ ਸੀ